जय हिंद जनाब, जनाब। किवें सुनाम किवें रहा व्या? वधिया जनाब वधिया। बैठो बैठो। मुबारकां वड खाना साहब, मैं सुनिया बड़े वड्डे वड्डे काम कर रहे हैं अजकल। थैंक यू सर, थैंक यू। कौन साहब बोल रहे हो? की गल पछाणिया नहीं साल्या? तेरा पापा बोलदा। पापा जी, पापा जी नरक च जीव चल रहा? क्या बात है, कौन भैन चौदा कौन बोल रहा? सीधी तरह बोल। भैन दिया वीरा, बब्बी बोलदा। जिदे बंदियां दा कल तू एनकाउंटर कीता सी। बब्बी भाजी फिर दसना चाहिए ना। बब्बी भाजी बोलते पे तुसी। नाले आ की गा पाया तू? बब्बी भाजी मैं ता ना बड़ा शांति पसंद करने वाला बंदा, मैं नहीं इहो जे काम कर रहा। अच्छा, फिर टीवी दे की रोला पाया? अंदर दी गल भाजी ऐ आ, सारे एनकाउंटर सिख उहने कीते। हूँ भाई थाने का इंचार्ज मैं, तो फिर सारी जिम्मेवारी मैनू लेने पैंदी है ना। अच्छा, धरते जी गोली चलाई सी लास्ट, तुसी गटर च डिगे ही ना, उदो भी भैन चोद ने चलाई है गोली। आ गल करा मेरी भैन चोद नाल। भाजी एक मिनट रुको, मैं तुहाडी गल कराना। ये भैन चोद दल्ले दे ना गोली मारनी है भाई तुसी। अकली गल यार। कौन आ जिहड़ा तैनू फोन कर रहा है ना, तू चक नहीं रहा। भाजी करियो गल। बोल। सेखो, कल जेड़े तू दो बंदे मारे ना, पुत सी मेरे। जेड़े पहला सत मारे वो किन्ने क पुत आ तेरे? इन्हां सब दा बदला तां मैं तेरा पुत मार के लऊंगा। सुने अपनी माँ को रहिंदा ना, वो बचा ली फिर। ओ यार भंग कट पिया करो, जे लत्तां भार नहीं चलदियां ना तां बुंड पंगे ना लिया कर। काम वल ध्यान दो। ਸੱਚੀ ਤੁਸੀਂ ਬਹੁਤ ਮਤਲਬੀ ਹੋ ਬੁੱਗੇ। ਤੁਸੀਂ ਮੈਨੂੰ ਜਮਾ ਨਹੀਂ ਪਿਆਰ ਕਰਦੇ। ਬੁੱਗੇ ਮੇਰੀ ਵੀ ਤਾਂ ਗੱਲ ਸੁਣ ਲਓ। ਯਾਰ ਬੁੱਗੇ ਮੈਂ ਤੈਨੂੰ ਇੰਨਾ ਪਿਆਰ ਕਰਦਾ, ਮੈਂ ਤੈਨੂੰ ਦੱਸ ਨਹੀਂ ਸਕਦਾ। ਤੁਸੀਂ ਮੇਰਾ ਜਿਸਮ ਚਾਹੁੰਦੇ ਹੋ ਬਸ। ਮੇਰੀ ਇਹ ਚਾਹਨੇ, ਤੈਨੂੰ ਬਹੁਤ ਪਿਆਰ ਕਰਦਾ ਮੈਂ। ਬੁੱਗੇ ਪਿਆਰ ਰੂਹਾਨੀ ਹੁੰਦੇ ਆ, ਜਿਸਮਾਂ ਦੇ ਨਹੀਂ ਹੁੰਦੇ। ਜਿਸਮ ਤਾਂ ਬਸ ਬੁੱਗੇ ਇੱਕ ਜ਼ਰੂਰਤ ਹੈ। ਫਿਰ ਘਰ ਵਾਲੀ ਨੂੰ ਕਰੋ। ਉਹ ਯਾਰ ਘਰ ਵਾਲੀ ਨੂੰ ਕੌਣ ਪਿਆਰ ਕਰਦਾ ਬੁੱਗੇ? ਪੂਰੇ ਇੰਡੀਆ 'ਚ ਇੱਕ ਬੰਦਾ ਦੱਸ ਲਿਆ ਘਰ ਵਾਲੀ ਤੋਂ ਸੁਖੀ ਹੋਏ। ਘਰ ਵਾਲੀ ਤਾਂ ਬੁੱਗੇ ਨਿਆਣੇ ਨੂੰ ਸਾਂਭਣ ਹੁੰਦੀ ਹੈ, ਪਿਆਰ ਤਾਂ ਬੁੱਗੇ ਬਾਹਰ ਵਾਲੀ ਦਾ ਹੁੰਦਾ। ਇੱਕ ਤਰਫ ਬਾਹਰ ਵਾਲੀ ਇੱਕ ਤਰਫ ਹੈ ਨਾ, ਬਸ ਉਹ ਆ ਬੁੱਗੇ ਸਿਸਟਮ ਆਪਣਾ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੁੰਦੇ ਨਾ ਤੇ ਪੈਸੇ ਭੇਜ ਦੇ, 1 ਰੁਪਿਆ ਨਹੀਂ ਮੇਰੇ ਕੋਲ। 5000 ਪਵਾ ਦਈਏ। ਫਾਦਰ ਆਹਾਂਗੇ ਫਿਰ। ਸੁਖੀ ਓਏ ਆਇਆ ਜਨਾਬ, ਆਇਆ ਜੀ, ਅੰਦਰ ਲਿਆ ਨੂੰ। ਇਹ ਇੰਸ਼ੋਰੈਂਸ ਆਇਆ ਜੀ ਸਰ। ਆ ਵੀ ਕਾਕਾ, ਆ ਜਾ ਆ ਜਾ ਆ ਜਾ ਆ ਜਾ ਇੱਧਰ ਜਨਾਬ ਕੋਲੇ। ਕਾਗਜ਼ ਪੱਤਰ ਪੂਰੇ ਇਹਨਾਂ ਦੇ? ਜਨਾਬ ਪੂਰੇ ਆ ਜੀ। ਅੱਛਾ, ਆਰਸੀ ਹੈਗੀ ਹੈ? ਜੀ ਸਰ। ਇੰਸ਼ੋਰੈਂਸ ਹੈਗੀ ਹੈ ਸਰ। ਪੋਲਿਊਸ਼ਨ? ਪੋਲਿਊਸ਼ਨ ਵੀ ਹੈਗਾ ਸਰ। ਹੈਲਮਟ ਪਾਇਆ ਸਰ? ਗੱਡੀ 'ਚ ਹੈਲਮਟ ਦੀ ਕਾਹਦੀ ਲੋੜ? ਅੱਛਾ, ਗੱਡੀ 'ਚ? ਹਾਂਜੀ। ਫਸਟ ਏਡ ਕਿੱਟ ਹੈਗੀ ਹੈ? ਫਸਟ ਏਡ ਕਿੱਟ ਸਰ, ਉਹਦੀ ਲੋੜ ਹੁੰਦੀ ਹੈ ਗੱਡੀ ਦੇ ਵਿੱਚ, ਸਭ ਤੋਂ ਵੱਧ ਜ਼ਰੂਰੀ ਹੁੰਦੀ ਹੈ। ਸੁਖੀ ਦੱਸਿਆ ਚਾਲ ਕੱਟ ਸਰ ਜੀ, ਇੱਦਾਂ ਨਾ ਕਰੋ ਬਿਲਕੁਲ। ਤੁਸੀਂ ਤਾਂ ਬਿਲਕੁਲ ਲੋਕ ਵਾਲ 150 ਰੁਪਏ ਦੀ ਕਿੱਟ ਹੈ ਸਰ, ਕਿਉਂ ਤੁਸੀਂ ਧੱਕਾ ਕਰਦੇ ਪਏ ਸਰ ਜੀ? ਇੱਦਾਂ ਨਾ ਕਰੋ, ਤੁਸੀਂ ਬਹੁਤ ਪਰੇਸ਼ਾਨੀ ਵਾਲੀ ਗੱਲ ਹੋ ਜਾਏਗੀ ਸਰ। ਚੱਲ ਤੂੰ ਵੀ ਕੀ ਯਾਦ ਕਰੇਗਾ, ਵੱਢ ਖਾਣੇ ਨਾਲ ਤੇਰਾ ਵਾਹ ਪਿਆ ਏ। ਇੱਕ ਨੰਬਰ ਲੈ, ਠੀਕ ਹੈ ਸਰ, ਤੇ 5000 ਪੇਟੀਐਮ ਕਰ ਦਿਓ ਤੇ। ਸਰ ਜੀ ਕਿੱਦਾਂ ਦੀ ਗੱਲ ਕਰ ਸਰ? ਗੱਡੀ ਬੌਂਡ ਕਰ ਲੂੰਗਾ ਤੇਰੀ ਮੈਂ, ਜੁੰਡੀਆਂ ਦੀ ਲਾ ਦੇ ਤੇਰੀ। ਸੁਖੀ ਲੈ ਜਾ ਨੂੰ। ਜੀ ਜਨਾਬ। ਉਹ ਚਲਾ ਜਾ ਨਾਲੇ ਪੇਟੀਐਮ ਕਰਾ ਦੇ। ਹਾਂ ਹਾਂ ਜਨਾਬ, ਹੁਣੀ ਕਰਾ ਦੇਣਾ। ਚੱਲ ਚੱਲ। ਹੈਲੋ। ਹਾਂਜੀ ਜਾਨੂੰ। ਇੱਕ ਮਿੰਟ 'ਚ 5000 ਤੇਰੇ ਕੌਣ ਚਾਲ ਲੱਗਾ? ਸੱਚੀ ਜਾਨੂੰ। ਬੁੱਕੇ ਹੁਣ ਤੂੰ ਆਣਾ ਹੈ? ਠੀਕ ਆ। ਯਾਰ ਮੈਂ ਲੱਗਾ ਹੀ ਸਮਾਨ ਖਾਣ, ਤੇ ਜੇ ਤੂੰ ਨਾ ਆਏ ਬੁੱਕੇ ਤੰਗ ਬਹੁਤ ਹੋਣਾ ਹੈ ਮੈਂ। ਠੀਕ ਆ। ਸੌਂ ਖਾ। ਸੌਂ ਲੱਗੇ ਤੁਹਾਡੀ? ਹੈ ਹਾਂ। ਆ ਜਾ। ਬਸ ਮੈਂ ਆ ਗਈ। ਬਸ ਚੱਲ ਠੀਕ ਹੈ। ਹਾਂਜੀ। ਓਕੇ 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 ਓਕੇ। ਚੱਕੋ ਨਾ ਕਰੋ ਕਾ ਯਾਰ, ਬਹੁਤ ਟਾਈਮ ਹੋ ਗਿਆ, ਚਲੋ ਘਰ ਚੱਲੀਏ।